ਆਓ ਸਾਹਮਣੇ ਲਾ ਕੇ ਮਾਰਿਆ ਏ, ਜਿੱਦਾਂ ਬਜਾਜੀ ਵਾਲੇ ਥਾਨ ਕੱਪੜੇ ਦਾ ਲਾ ਲਾ ਸੁੱਟਦੇ ਆ, ਬੀਬੀ ਆਹ ਵੇਖ ਲੈ ਤੇ ਬੀਬੀ ਆਹ ਵੇਖ ਲੈ। ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵੇਖਾਂਗੇ ਤਰਨ ਤਾਰਨ ਵੱਲੋਂ ਅਗਲੀ ਕਬੱਡੀ ਪਾਉਣ ਵਾਸਤੇ ਭੁੱਲਰ ਬਧੀ ਕਟਾਰਨਾ ਹੈ, ਭੁੱਲਰ ਦੀ ਅਗਲੀ ਕਬੱਡੀ ਹੈ। ਸਾਹਮਣੇ ਚਾਰ ਜਾਪੀਆਂ ਦੀ ਘੁੰਮਦੀ ਹੋਈ ਚਾਰ ਹੈ ਕਿ ਰੱਜ ਰੱਜ ਖੈਰ ਮਨਾਵਣ ਇਹ ਬਾਬਲ ਦੇ ਵਿਹੜੇ ਦੀ, ਧੀਆਂ ਅਤੇ ਤਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ, ਕਿ ਰੱਜ ਰੱਜ ਖੈਰ ਮਨਾਵਣ ਇਹ ਬਾਬਲ ਦੇ ਵਿਹੜੇ ਦੀ, ਉਹ ਧੀਆਂ ਅਤੇ ਤਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ। ਵਾਟ ਅਸਲ ਵੇਖਾਂਗੇ ਕਿ ਅੰਕ ਆਪਣੀ ਟੀਮ ਦੇ ਖਾਤੇ ਵਿੱਚ ਜੁੜਦੀ ਹੋਈ ਇਹ ਖਿਡਾਰਨ ਹੈ, ਅੰਕ ਤਰਨ ਤਾਰਨ ਦੇ ਖਾਤੇ ਦੇ ਵਿੱਚ ਜੁੜ ਗਿਆ। ਆਪਣੇ ਹਿੱਸੇ ਦੀ ਅਗਲੀ ਕਬੱਡੀ ਪਾਉਣ ਵਾਸਤੇ ਵਧਦੀ ਹੋਈ ਆਹ ਖਿਡਾਰਨ ਹੈ, ਕੌਣ ਰੋਕੂ ਇਸ ਖਿਡਾਰਨ ਨੂੰ, ਕੌਣ ਰੱਖ ਪਾਵੇਗਾ ਕਬੱਡੀ? ਕਬੱਡੀ ਖੇਡ ਮੈਦਾਨ ਦੇ ਵਿੱਚ ਜੱਫੇ ਦੀ ਗੱਲ ਹੋਵੇਗੀ ਜਾਂ ਫਿਰ ਇਹ ਰੇਡਰ ਦੇ ਖਾਤੇ ਵਿੱਚ ਗੱਲ ਹੋਵੇਗੀ? ਮੁਕਾਬਲਾ ਬਹੁਤ ਵਧੀਆ, ਸਾਹਮਣੇ ਵੇਖਦੇ ਕਿ ਕਬੱਡੀ ਪੈ ਚੁੱਕੀ ਹੈ ਤੇ ਅੰਕ ਇਸ ਵੇਲੇ ਰੇਡਰ ਦੇ ਖਾਤੇ ਵਿੱਚ। ਇਹ ਭੁੱਲਰ ਨੇ ਇੱਕ ਅੰਕ ਦਾ ਵਾਧਾ ਕਰ ਦਿੱਤਾ ਹੈ ਆਪਣੀ ਟੀਮ ਦੇ ਲਈ, ਇੱਕ ਅੰਕ ਦਾ ਹੋਰ ਵਾਧਾ ਇਹ ਕਬੱਡੀ ਖਿਡਾਰਨ ਭੁੱਲਰ ਨੇ ਆਪਣੀ ਟੀਮ ਦੇ ਖਾਤੇ ਵਿੱਚ ਕਰ ਦਿੱਤਾ ਹੈ। ਅਗਲੀ ਰੇਡ ਖੇਡ ਮੈਦਾਨ ਦੇ ਵਿੱਚ, ਅਗਲੀ ਕਬੱਡੀ ਗਰਾਊਂਡ ਦੇ ਵਿੱਚ ਹੈ। ਆਓ ਸਾਹਮਣੇ ਕਬੱਡੀ ਪੈ ਚੁੱਕੀ ਹੈ, ਲੜਕਿਆਂ ਦੀਆਂ ਦੋਵੇਂ ਟੀਮਾਂ ਬਈ ਇੰਟਰਨੈਸ਼ਨਲ ਖਿਡਾਰੀ ਆਪਣੀ ਤਿਆਰੀ ਕਰਕੇ ਖੇਡ ਮੈਦਾਨ ਦੇ ਵਿੱਚ ਪੁੱਜਣ। ਹਾਫ ਸਾਹਿਬ ਹੋਣ ਦੇ ਵਿੱਚ ਕੁਛ ਹੀ ਪਲ ਬਾਕੀ ਨੇ, ਖਿਡਾਰੀਆਂ ਨੂੰ ਬੇਨਤੀ ਹੈ ਖੇਡ ਮੈਦਾਨ ਦੇ ਵਿੱਚ ਪੁੱਜ ਜਾਣਾ। ਆਹ ਹੁਣ ਕੌਣ ਰੱਖੂ, ਕੌਣ ਰੱਖ ਪਾਊ? ਆਹ ਸੁਖਦੀਪ ਲੁੱਦੜ ਐਨ ਟੁੱਟ ਕੇ ਲੱਗ ਗਈ ਹੈ, ਫੜ ਲਿਆ ਗੋਟ ਇਸ ਖਿਡਾਰ ਨੇ, ਯਾਦ ਕਰਵਾ ਦਿੱਤੀ ਕਿਰਪਾਲ ਸਾਧ ਦੀ ਕਬੱਡੀ। ਆਓ ਖੇਡ ਮੈਦਾਨ ਦੇ ਵਿੱਚ ਵੇਖਦੇ ਹਾਂ ਕਿ ਕਿਰਪਾਲ ਸਾਧ ਵਾਂਗ ਗੁੱਟ ਫੜਿਆ ਹੈ ਅੱਜ ਮੁਕਾਬਲਾ ਗਰਾਊਂਡ ਦੇ ਵਿੱਚ ਹੈ, ਤੇ ਪੁਆਇੰਟ ਵੇਖਾਂਗੇ ਕਿ ਐਨ ਜਾਪੀ ਦੇ ਖਾਤੇ ਵਿੱਚ ਜੁੜ ਗਿਆ ਅੰਕ। ਇਹ ਕਬੱਡੀ ਟੀਮ ਅੰਮ੍ਰਿਤਸਰ ਦੇ ਖਾਤੇ ਅੰਕ ਜੁੜ ਗਿਆ। ਅਗਲੀ ਰੇਡ ਖੇਡ ਮੈਦਾਨ 'ਚ ਫੇਰ ਪੈਂਦੀ ਹੈ ਵੀ ਇੰਟਰਨੈਸ਼ਨਲ ਖਿਡਾਰੀਆਂ ਦੀਆਂ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਆਪਣੀ ਤਿਆਰੀ ਕਰਕੇ ਖੇਡ ਮੈਦਾਨ ਦੇ ਵਿੱਚ ਪੁੱਜਣ। ਮਾਝੇ ਅਤੇ ਦੁਆਬੇ ਦਾ ਮੈਚ ਹੋਵੇਗਾ, ਮਾਝੇ ਦੀ ਟੀਮ ਦੇ ਖਿਡਾਰੀ ਬਿਲਕੁਲ ਤਿਆਰ ਨੇ, ਦੁਆਬੇ ਦੀ ਟੀਮ ਦੇ ਖਿਡਾਰੀ ਜੇਕਰ ਪੁੱਜ ਗਏ ਨੇ ਤੇ ਮੇਰੀ ਬੇਨਤੀ ਹੈ ਕਿ ਆਪਣੀ ਤਿਆਰੀ ਕਰ ਲੈਣ। ਅੰਕ ਅੰਮ੍ਰਿਤਸਰ ਦੀ ਕਬੱਡੀ ਟੀਮ ਦੇ ਖਾਤੇ ਦੇ ਵਿੱਚ ਜੁੜ ਗਿਆ ਕਿ ਗੁਰੂ ਘਰਾਂ ਵਿੱਚ ਬਾਣੀ ਜਦ ਪੜ ਹੁੰਦੀ ਅੱਜ ਸਾਰੇ ਇਲਾਕੇ ਦੀ ਸੰਗਤ ਜਿਹੜੀ ਆ ਉਹ ਵੱਡਾ ਸਹਿਯੋਗ ਦੇ ਰਹੀ ਹੈ, ਸਾਰੇ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਹੈ। ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ, ਜੇ ਦਰਸ਼ਕ ਵੀਰੋ ਸੁਖਦੀਪ ਲੁੱਦੜ ਦੇ ਜੱਫੇ ਵਧੀਆ ਲੱਗਦੇ ਤੇ ਇੱਕ ਵਾਰੀ ਤਾੜੀ ਮਾਰ ਦਿਓ ਕਿ ਵਾਕਈ ਅੱਜ ਇਸ ਨਗਰ ਨੂੰ ਮਾਣ ਹੈ ਪ੍ਰਬੰਧਕ ਵੀਰਾਂ ਦੀ, ਅੱਜ ਡਿਮਾਂਡ ਪੂਰੀ ਹੋਈ ਹੈ ਪ੍ਰਬੰਧਕ ਵੀਰਾਂ ਦੀ, ਅੱਜ ਮੰਗ ਪੂਰੀ ਹੋਈ ਹੈ ਕਿ ਇਹੋ ਜਿਹੀਆਂ ਖਿਡਾਰਨਾਂ ਸਾਡੇ ਇਸ ਨਗਰ ਦੇ ਵਿੱਚ ਖੇਡਣ ਦੇ ਲਈ ਪੁੱਜੀਆਂ ਨੇ, ਜਿਹਨਾਂ ਨੇ PDC ਨਿਊਜ਼ PDC ਪੰਜਾਬੀ TV ਚੈਨਲ ਦੇ ਜ਼ਰੀਏ ਅਸੀਂ ਸਾਰਿਆਂ ਨੇ ਇਹਨਾਂ ਖਿਡਾਰਨਾਂ ਦੇ ਜੱਪੇ ਵੇਖੇ ਨੇ ਤੇ ਅੱਜ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਬਾਬਾ ਸਰਵਣ ਸਿੰਘ ਜੀ ਦਾ ਖੇਡ ਮੇਲਾ ਜਿੱਥੇ ਇਹ ਖਿਡਾਰਨਾਂ ਖੇਡਣ ਦੇ ਲਈ ਪੁੱਜੀਆਂ ਨੇ ਸਾਰੇ ਪ੍ਰਬੰਧਕ ਵੀਰਾਂ ਨੂੰ। ਸੋ ਬੇਨਤੀ ਆਪਣੀ ਤਿਆਰੀ ਕਰਕੇ ਗਰਾਊਂਡ ਦੇ ਵਿੱਚ ਪਹੁੰਚ ਜਾਣਾ। ਖਿਡਾਰੀ ਵੀਰਾਂ ਨੂੰ ਬੇਨਤੀ ਹੈ ਕਿ ਬਹੁਤਾ ਸਮਾਂ ਕਿਸੇ ਨੇ ਨਹੀਂ ਲਾਉਣਾ ਕਿ ਖੇਡਾਂ ਬਾਲਿਓ, ਸਮੇਂ ਦੀ ਕਦਰ ਕਰ ਲਓ, ਇਹ ਸਦਾ ਨਹੀਂ ਖੇਡਾਂ ਖੇਡ ਹੋਣੀਆਂ, ਇਹ ਸਦਾ ਨਹੀਂ ਮੋਟੇ ਪੜ ਰਹਿਣੇ ਤੇ ਸਦਾ ਨਹੀਂ ਰੇਡਾਂ ਰੇਡ ਹੋਣੀਆਂ, ਖੇਡਾਂ ਬਾਲਿਓ, ਸਮੇਂ ਦੀ ਕਦਰ ਕਰ ਲਓ, ਇਹ ਸਦਾ ਨਹੀਂ ਖੇਡਾਂ ਖੇਡ ਹੋਣੀਆਂ। ਆਓ ਸਾਹਮਣੇ ਵੇਖਦੇ ਕਿ ਮਨਪ੍ਰੀਤ ਖਿਡਾਰਨ ਜਿਹਨੇ ਜੱਫਾ ਲਾਉਣ ਦੀ ਕੋਸ਼ਿਸ਼ ਕੀਤੀ ਆ, ਮੰਦਰਾਵਾਲ ਪਿੰਡ ਇਸ ਖਿਡਾਰਨ ਜਿੱਥੋਂ ਮਨਦੀਪ ਕੌਰ ਗਾਗੋ ਨੇ ਪਰਲ ਵਰਲਡ ਕਬੱਡੀ ਕੱਪ ਦੇ ਲਈ ਕਬੱਡੀ ਖੇਡੀ ਆ, ਜਿੱਥੋਂ ਸਰਵਣ ਸਿੰਘ ਹੋਰਾਂ ਕਬੱਡੀ ਖੇਡੀ ਆ, ਜਿੱਥੋਂ ਵੱਡਾ ਸਹਿਯੋਗ ਦੇ ਕੇ ਇਸ ਕਬੱਡੀ ਮਹਾਂਕੁੰਭ ਨੂੰ ਨੇਪਰੇ ਚੜ੍ਹਨ ਜਾ ਰਹੇ ਨੇ, ਸਾਰਿਆਂ ਦਾ ਧੰਨਵਾਦ ਅਸੀਂ ਕਰਦੇ ਆ। ਬਈ ਦੋ ਦੋ ਕਬੱਡੀਆਂ ਬਾਕੀ ਰਹਿ ਗਈਆਂ ਨੇ ਟੀਮਾਂ ਗਰਾਊਂਡ ਦੇ ਵਿੱਚ ਪੁੱਜਣ।
ਆਓ ਆਓ ਸਾਹਮਣੇ ਲਾ ਕੇ ਮਾਰਿਆ ਏ। ਜਿੱਦਾਂ ਬਜਾਜੀ ਵਾਲੇ ਥਾਨ ਕੱਪੜੇ ਦਾ ਲਾ ਲਾ ਸੁੱਟਦੇ ਆ, ਬੀਬੀ ਆਹ ਵੇਖਲਾ ਹੈ ਤੇ ਬੀਬੀ ਆਹ ਵੇਖਲਾ ਕਹੀ ਹੈ। ਦਰਸ਼ਕ ਵੀਰ ਪੱਬਾਂ ਪਾਰ ਹੋ ਕੇ ਇਸ ਕਬੱਡੀ ਦਾ ਆਨੰਦ ਮਾਣਦੇ ਨੇ ਕਿ ਮੌਜ ਲੱਭਣੀ ਨਹੀਂ ਪੰਜਾਬ ਵਰਗੀ, ਨਾ ਫੁੱਲ ਤੇ ਨਾ ਫੁਲਕਾਰੀਆਂ ਨੇ, ਯਾਰ ਮਿਲਿਆ ਨਾ ਯਾਰ ਤੋਂ ਮਰਨ ਵਾਲਾ, ਭੋਕੇ ਟੌਰ ਤੇ ਝੂਠੀਆਂ ਯਾਰੀਆਂ ਨੇ, ਮੱਖਣ ਬਰਾੜ ਨੇ ਘੁੰਮ ਲਈ ਕੁੱਲ ਦੁਨੀਆਂ, ਪੰਜਾਬ ਜਈਆਂ ਨਾ ਕਿਤੇ ਸਰਦਾਰੀਆਂ ਨੇ। ਅੱਜ ਪੰਜਾਬ ਦੀ ਸਰਦਾਰੀ ਦੀ ਗੱਲ ਹੋਣੀ ਹੈ। ਕਰਜ਼ਾ ਲੈ ਕੇ ਜਿਨ੍ਹਾਂ ਨੇ ਮੋੜਨਾ ਨਹੀਂ ਉਹਦਾ ਵਿਆਜ ਵਧਾਉਣ ਦਾ ਕੀ ਫਾਇਦਾ ਹੈ? ਮੱਖਣ ਬਰਾੜਾ ਜੋ ਘਰਾਂ ਨੂੰ ਫੂਕ ਸੁੱਟਦੇ ਐਸੇ ਚਿਰਾਗ ਜਗਾਉਣ ਦਾ ਕੀ ਫਾਇਦਾ ਹੈ? ਵਿਆਹ ਕਰਾ ਕੇ ਸਹੁਰੇ ਨਹੀਂ ਜਾਣਾ ਫਿਰ ਜੁਹਾਈ ਕੋ ਹੋਣ ਦਾ ਕੀ ਫਾਇਦਾ ਹੈ? ਕਿ ਰੋਟੀ ਮੱਕੀ ਦੀ ਜੇ ਨਹੀਂ ਬਣਾ ਸਕਦੀ ਤੇ ਇਕੱਲਾ ਸਾਗ ਬਣਾਉਣ ਦਾ ਕੀ ਫਾਇਦਾ ਹੈ? ਕਿ ਰੋਟੀ ਮੱਕੀ ਦੀ ਜੇ ਨਹੀਂ ਬਣਾ ਸਕਦੀ ਤੇ ਇਕੱਲਾ ਸਾਗ ਬਣਾਉਣ ਦਾ ਕੀ ਫਾਇਦਾ ਹੈ? ਦਰਸ਼ਕ ਵੀਰਾਂ ਦਾ ਧੰਨਵਾਦ ਹੈ। ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵੇਖਾਂਗੇ ਤਰਨ ਤਾਰਨ ਵੱਲੋਂ ਅਗਲੀ ਕਬੱਡੀ ਪਾਉਣ ਵਾਸਤੇ ਭੁੱਲਰ ਵਧੀ ਕਟਾਰਨਾ ਹੈ। ਭੁੱਲਰ ਦੀ ਅਗਲੀ ਕਬੱਡੀ ਹੈ। ਸਾਹਮਣੇ ਚਾਰ ਜਾਪੀਆਂ ਦੀ ਘੁੰਮਦੀ ਹੋਈ ਚਾਰ ਹੈ ਕਿ ਰੱਜ ਰੱਜ ਖੈਰ ਮਨਾਵਣ ਇਹ ਬਾਬਲ ਦੇ ਵਿਹੜੇ ਦੀ, ਧੀਆਂ ਅਤੇ ਤਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ, ਕਿ ਰੱਜ ਰੱਜ ਖੈਰ ਮਨਾਵਣ ਇਹ ਬਾਬਲ ਦੇ ਵਿਹੜੇ ਦੀ, ਉਹ ਧੀਆਂ ਅਤੇ ਤਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ। ਵਾਟ ਅਸਲ ਵੇਖਾਂਗੇ ਕਿ ਅੰਕ ਆਪਣੀ ਟੀਮ ਦੇ ਖਾਤੇ ਵਿੱਚ ਜੁੜਦੀ ਹੋਈ ਇਹ ਖਿਡਾਰਨ ਹੈ। ਅੰਕ ਤਰਨ ਤਾਰਨ ਦੇ ਖਾਤੇ ਦੇ ਵਿੱਚ ਜੁੜ ਗਿਆ। ਆਪਣੇ ਹਿੱਸੇ ਦੀ ਅਗਲੀ ਕਬੱਡੀ ਪਾਉਣ ਵਾਸਤੇ ਵਧਦੀ ਹੋਈ ਆਹ ਖਿਡਾਰਨ ਹੈ। ਕੌਣ ਰੋਕੂ ਇਸ ਖਿਡਾਰਨ ਨੂੰ? ਕੌਣ ਰੱਖ ਪਾਵੇਗਾ? ਕਬੱਡੀ ਕਬੱਡੀ ਖੇਡ ਮੈਦਾਨ ਦੇ ਵਿੱਚ ਜੱਫੇ ਦੀ ਗੱਲ ਹੋਵੇਗੀ ਜਾਂ ਫਿਰ ਇਹ ਰੇਡਰ ਦੇ ਖਾਤੇ ਵਿੱਚ ਗੱਲ ਹੋਵੇਗੀ? ਮੁਕਾਬਲਾ ਬਹੁਤ ਵਧੀਆ। ਸਾਹਮਣੇ ਵੇਖਦੇ ਕਿ ਕਬੱਡੀ ਪੈ ਚੁੱਕੀ ਹੈ ਤੇ ਅੰਕ ਇਸ ਵੇਲੇ ਰੇਡਰ ਦੇ ਖਾਤੇ ਵਿੱਚ। ਇਹ ਭੁੱਲਰ ਨੇ ਇੱਕ ਅੰਕ ਦਾ ਵਾਧਾ ਕਰ ਦਿੱਤਾ ਹੈ ਆਪਣੀ ਟੀਮ ਦੇ ਲਈ, ਇੱਕ ਅੰਕ ਦਾ ਹੋਰ ਵਾਧਾ ਇਹ ਕਬੱਡੀ ਖਿਡਾਰਨ ਭੁੱਲਰ ਨੇ ਆਪਣੀ ਟੀਮ ਦੇ ਖਾਤੇ ਵਿੱਚ ਕਰ ਦਿੱਤਾ ਹੈ। ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਹੈ, ਅਗਲੀ ਕਬੱਡੀ ਗਰਾਊਂਡ ਦੇ ਵਿੱਚ ਹੈ। ਆਓ ਸਾਹਮਣੇ ਕਬੱਡੀ ਪੈ ਚੁੱਕੀ ਹੈ। ਲੜਕਿਆਂ ਦੀਆਂ ਦੋਵੇਂ ਟੀਮਾਂ ਬਈ ਇੰਟਰਨੈਸ਼ਨਲ ਖਿਡਾਰੀ ਆਪਣੀ ਤਿਆਰੀ ਕਰਕੇ ਖੇਡ ਮੈਦਾਨ ਦੇ ਵਿੱਚ ਪੁੱਜਣ। ਹਾਫ ਸਾਹਿਬ ਹੋਣ ਦੇ ਵਿੱਚ ਕੁਛ ਹੀ ਪਲ ਬਾਕੀ ਨੇ। ਖਿਡਾਰੀਆਂ ਨੂੰ ਬੇਨਤੀ ਖੇਡ ਮੈਦਾਨ ਦੇ ਵਿੱਚ ਪੁੱਜ ਜਾਣਾ। ਆਹ ਹੁਣ ਕੌਣ ਰੱਖੂ, ਕੌਣ ਰੱਖ ਪਾਊ? ਆਹ ਸੁਖਦੀਪ ਲੁੱਦੜ ਐਨ ਟੁੱਟ ਕੇ ਲੱਗ ਗਈ ਹੈ, ਫੜ ਲਿਆ ਗੁੱਟ ਇਸ ਖਿਡਾਰ ਨੇ, ਯਾਦ ਕਰਵਾ ਦਿੱਤੀ ਕਿਰਪਾਲ ਸਾਧ ਦੀ ਕਬੱਡੀ। ਆਓ ਖੇਡ ਮੈਦਾਨ ਦੇ ਵਿੱਚ ਵੇਖਦੇ ਹਾਂ ਕਿ ਕਿਰਪਾਲ ਸਾਧ ਵਾਂਗ ਗੁੱਟ ਫੜਿਆ ਹੈ। ਅੱਜ ਮੁਕਾਬਲਾ ਗਰਾਊਂਡ ਦੇ ਵਿੱਚ ਹੈ ਤੇ ਪੁਆਇੰਟ ਵੇਖਾਂਗੇ ਕਿ ਐਨ ਜਾਪੀ ਦੇ ਖਾਤੇ ਵਿੱਚ ਜੁੜ ਗਿਆ ਅੰਕ। ਇਹ ਕਬੱਡੀ ਟੀਮ ਅੰਮ੍ਰਿਤਸਰ ਦੇ ਖਾਤੇ ਅੰਕ ਜੁੜ ਗਿਆ। ਅਗਲੀ ਰੇਡ ਖੇਡ ਮੈਦਾਨ ਚ ਫੇਰ ਪੈਂਦੀ ਹੈ ਵੀ ਇੰਟਰਨੈਸ਼ਨਲ ਖਿਡਾਰੀਆਂ ਦੀਆਂ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਆਪਣੀ ਤਿਆਰੀ ਕਰਕੇ ਖੇਡ ਮੈਦਾਨ ਦੇ ਵਿੱਚ ਪੁੱਜਣ। ਮਾਝੇ ਅਤੇ ਦੁਆਬੇ ਦਾ ਮੈਚ ਹੋਵੇਗਾ। ਮਾਝੇ ਦੀ ਟੀਮ ਦੇ ਖਿਡਾਰੀ ਬਿਲਕੁਲ ਤਿਆਰ ਨੇ, ਦੁਆਬੇ ਦੀ ਟੀਮ ਦੇ ਖਿਡਾਰੀ ਜੇਕਰ ਪੁੱਜ ਗਏ ਨੇ ਤੇ ਮੇਰੀ ਬੇਨਤੀ ਹੈ ਕਿ ਆਪਣੀ ਤਿਆਰੀ ਕਰਨ। ਅੰਕ ਅੰਮ੍ਰਿਤਸਰ ਦੀ ਕਬੱਡੀ ਟੀਮ ਦੇ ਖਾਤੇ ਦੇ ਵਿੱਚ ਜੁੜ ਗਿਆ ਕਿ ਗੁਰੂ ਘਰਾਂ ਵਿੱਚ ਬਾਣੀ ਜਦ ਪੜ ਹੁੰਦੀ, ਅੱਜ ਸਾਰੇ ਇਲਾਕੇ ਦੀ ਸੰਗਤ ਜਿਹੜੀ ਆ ਉਹ ਵੱਡਾ ਸਹਿਯੋਗ ਦੇ ਰਹੀ ਹੈ। ਸਾਰੇ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਹੈ। ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ। ਜੇ ਦਰਸ਼ਕ ਵੀਰੋ ਸੁਖਦੀਪ ਲੋਦੜ ਦੇ ਜੱਫੇ ਵਧੀਆ ਲੱਗਦੇ ਤੇ ਇੱਕ ਵਾਰੀ ਤਾੜੀ ਮਾਰ ਦਿਓ ਕਿ ਵਾਕਈ ਅੱਜ ਇਸ ਨਗਰ ਨੂੰ ਮਾਣ ਹੈ ਪ੍ਰਬੰਧਕ ਵੀਰਾਂ ਦੀ। ਅੱਜ ਡਿਮਾਂਡ ਪੂਰੀ ਹੋਈ ਹੈ ਪ੍ਰਬੰਧਕ ਵੀਰਾਂ ਦੀ, ਅੱਜ ਮੰਗ ਪੂਰੀ ਹੋਈ ਹੈ ਕਿ ਇਹੋ ਜਿਹੀਆਂ ਖਿਡਾਰਨਾਂ ਸਾਡੇ ਇਸ ਨਗਰ ਦੇ ਵਿੱਚ ਖੇਡਣ ਦੇ ਲਈ ਪੁੱਜੀਆਂ ਨੇ, ਜਿਨ੍ਹਾਂ ਨੇ PDC ਨਿਊਜ਼ PDC ਪੰਜਾਬੀ TV ਚੈਨਲ ਦੇ ਜ਼ਰੀਏ ਅਸੀਂ ਸਾਰਿਆਂ ਨੇ ਇਹਨਾਂ ਖਿਡਾਰਨਾਂ ਦੇ ਜੱਪੇ ਵੇਖੇ ਨੇ ਤੇ ਅੱਜ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਬਾਬਾ ਸਰਵਣ ਸਿੰਘ ਜੀ ਦਾ ਖੇਡ ਮੇਲਾ ਜਿੱਥੇ ਇਹ ਖਿਡਾਰਨਾਂ ਖੇਡਣ ਦੇ ਲਈ ਪੁੱਜੀਆਂ ਨੇ। ਸਾਰੇ ਪ੍ਰਬੰਧਕ ਵੀਰਾਂ ਨੂੰ
ਸੋ ਬੇਨਤੀ ਆਪਣੀ ਤਿਆਰੀ ਕਰਕੇ ਗਰਾਊਂਡ ਦੇ ਵਿੱਚ ਪਹੁੰਚ ਜਾਣਾ। ਖਿਡਾਰੀ ਵੀਰਾਂ ਨੂੰ ਬੇਨਤੀ ਹੈ ਕਿ ਬਹੁਤਾ ਸਮਾਂ ਕਿਸੇ ਨੇ ਨਹੀਂ ਲਾਉਣਾ ਕਿ ਖੇਡਾਂ ਬਾ ਲਿਓ, ਸਮੇਂ ਦੀ ਕਦਰ ਕਰ ਲਓ। ਇਹ ਸਦਾ ਨਹੀਂ ਖੇਡਾਂ ਖੇਡ ਹੋਣੀਆਂ, ਇਹ ਸਦਾ ਨਹੀਂ ਮੋਟੇ ਪੜ ਰਹਿਣੇ ਤੇ ਸਦਾ ਨਹੀਂ ਰੇਡਾਂ ਰੇਡ ਹੋਣੀਆਂ। ਖੇਡਾਂ ਬਾ ਲਿਓ, ਸਮੇਂ ਦੀ ਕਦਰ ਕਰ ਲਓ, ਇਹ ਸਦਾ ਨਹੀਂ ਖੇਡਾਂ ਖੇਡ ਹੋਣੀਆਂ। ਆਓ ਸਾਹਮਣੇ ਵੇਖਦੇ ਕਿ ਮਨਪ੍ਰੀਤ ਖਿਡਾਰ ਨੇ ਜਿਹਨੇ ਜੱਫਾ ਲਾਉਣ ਦੀ ਕੋਸ਼ਿਸ਼ ਕੀਤੀ ਆ, ਮੰਦਰਾਵਾਲ ਪਿੰਡ ਇਸ ਖਿਡਾਰ ਨਾਲ ਜਿੱਥੋਂ ਮਨਦੀਪ ਕੌਰ ਗਾਗੋ ਨੇ ਪਰਲ ਵਰਲਡ ਕਬੱਡੀ ਕੱਪ ਦੇ ਲਈ ਕਬੱਡੀ ਖੇਡੀ ਆ, ਜਿੱਥੋਂ ਸਰਵਣ ਸਿੰਘ ਹੋਰਾਂ ਕਬੱਡੀ ਖੇਡੀ ਆ, ਜਿੱਥੋਂ ਜਵੱਡਾ ਸਹਿਯੋਗ ਦੇ ਕੇ ਇਸ ਕਬੱਡੀ ਮਹਾਂਕੁੰਭ ਨੂੰ ਨੇਪਰੇ ਚੜ੍ਹਨ ਜਾ ਰਹੇ ਨੇ। ਸਾਰਿਆਂ ਦਾ ਧੰਨਵਾਦ ਅਸੀਂ ਕਰਦੇ ਹਾਂ ਵੀ ਦੋ ਦੋ ਕਬੱਡੀਆਂ ਬਾਕੀ ਰਹਿ ਗਈਆਂ ਨੇ ਟੀਮਾਂ ਗਰਾਊਂਡ ਦੇ ਵਿੱਚ ਪੁੱਜਣ। ਆਓ ਆਓ ਸਾਹਮਣੇ ਲਾ ਕੇ ਮਾਰਿਆ ਏ, ਜਿੱਦਾਂ ਬਜਾਜੀ ਵਾਲੇ ਥਾਨ ਕੱਪੜੇ ਦਾ ਲਾ ਲਾ ਸੁੱਟਦੇ ਆ, ਬੀਬੀ ਆਹ ਵੇਖਲਾ ਹੈ ਤੇ ਬੀਬੀ ਆਹ ਵੇਖਲਾ ਪਈ ਹੈ। ਦਰਸ਼ਕ ਵੀਰ ਪੱਬਾਂ ਪਾਰ ਹੋ ਕੇ ਇਸ ਕਬੱਡੀ ਦਾ ਆਨੰਦ ਮਾਣਦੇ ਨੇ ਕਿ ਮੌਜ ਲੱਭਣੀ ਨਹੀਂ ਪੰਜਾਬ ਵਰਗੀ, ਨਾ ਫੁੱਲ ਤੇ ਨਾ ਫੁਲਕਾਰੀਆਂ ਨੇ, ਯਾਰ ਮਿਲਿਆ ਨਾ ਯਾਰ ਤੋਂ ਮਰਨ ਵਾਲਾ, ਭੋਕੇ ਟੌਰ ਤੇ ਝੂਠੀਆਂ ਯਾਰੀਆਂ ਨੇ, ਮੱਖਣ ਬਰਾੜ ਨੇ ਘੁੰਮ ਲਈ ਕੁੱਲ ਦੁਨੀਆ, ਪੰਜਾਬ ਜਈਆਂ ਨਾ ਕਿਤੇ ਸਰਦਾਰੀਆਂ ਨੇ। ਅੱਜ ਪੰਜਾਬ ਦੀ ਸਰਦਾਰੀ ਦੀ ਗੱਲ ਹੋਣੀ ਹੈ, ਕਰਜ਼ਾ ਲੈ ਕੇ ਜਿਨ੍ਹਾਂ ਨੇ ਮੋੜਨਾ ਨਹੀਂ ਉਹਦਾ ਵਿਆਜ ਵਧਾਉਣ ਦਾ ਕੀ ਫਾਇਦਾ ਹੈ, ਮੱਖਣ ਬਰਾੜਾ ਜੋ ਘਰਾਂ ਨੂੰ ਫੂਕ ਸੁੱਟਦੇ ਐਸੇ ਚਿਰਾਗ ਜਗਾਉਣ ਦਾ ਕੀ ਫਾਇਦਾ ਹੈ, ਵਿਆਹ ਕਰਾ ਕੇ ਸਹੁਰੇ ਨਹੀਂ ਜਾਣਾ ਫਿਰ ਜੁਹਾਈ ਕਹਾਉਣ ਦਾ ਕੀ ਫਾਇਦਾ ਹੈ, ਕਿ ਰੋਟੀ ਮੱਕੀ ਦੀ ਜੇ ਨਹੀਂ ਬਣਾ ਸਕਦੀ ਤੇ ਇਕੱਲਾ ਸਾਗ ਬਣਾਉਣ ਦਾ ਕੀ ਫਾਇਦਾ ਹੈ, ਕਿ ਰੋਟੀ ਮੱਕੀ ਦੀ ਜੇ ਨਹੀਂ ਬਣਾ ਸਕਦੀ ਤੇ ਇਕੱਲਾ ਸਾਗ ਬਣਾਉਣ ਦਾ ਕੀ ਫਾਇਦਾ ਹੈ। ਦਰਸ਼ਕ ਵੀਰਾਂ ਦਾ ਧੰਨਵਾਦ ਹੈ।